ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਵੱਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਅਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮੈਰੀਕਾ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਰ ਸਿਟੀ, 96.5 FM ਯੂਬਰ ਸਿਟੀ, 1470 AM ਸੈਕਰਾਮੈਂਟੋ, 1300 AM ਫਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਜਿਹੜੇ ਹੈਗੇ ਆ ਸਾਡੇ ਸੈਨੋਜ਼ੇ, ਬਰਕਲੇ, ਸਟੋਕਟਨ, ਟ੍ਰੇਸੀ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 23 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ਨੀਚਰਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟੋਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਗਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਮਿੰਦਰ ਧਾਲੀਵਾਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-9898 ਦੇ ਉੱਤੇ ਜੀ। ਅੱਜ ਦੀਆਂ ਪਹਿਲਾਂ ਇੱਕ ਦੋ ਮੇਨ ਖਬਰਾਂ ਖਬਰ ਕਰਦੇ ਹਾਂ, ਉਹ ਤੋਂ ਬਾਅਦ ਸਾਡਾ ਜਿਹੜਾ ਇਮੀਗ੍ਰੇਸ਼ਨ ਦਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹਦੇ ਬਾਰੇ ਡਿਸਕਸ ਕਰਾਂਗੇ, ਅਤੇ ਨਾਲ ਹੀ ਇਹ ਵੀ ਦੱਸ ਦਈਏ ਵੀ ਪ੍ਰੋਗਰਾਮ ਦੇ ਜਿਹੜੇ ਅਖੀਰਲੇ ਹਿੱਸੇ ਦੇ ਵਿੱਚ ਜਿਹੜੇ ਘੱਟੋ ਘੱਟ ਤਕਰੀਬਨ ਜਿਹੜੇ 25 ਮਿੰਟ ਅੱਧਾ ਘੰਟਾ ਜਿਹੜਾ ਆਪਾਂ ਟਰੈਕਿੰਗ ਦੇ ਨਾਲ ਸੰਬੰਧਿਤ ਜਿਹੜਾ AB5 ਰੂਲ ਜਿਹੜਾ ਹੈਗਾ ਉਸ ਦੇ ਵਿੱਚ ਬਿਜ਼ਨਸ ਟੂ ਬਿਜ਼ਨਸ ਐਗਜ਼ੈਂਪਸ਼ਨ ਕਿਹੜੀ ਆ ਉਸ ਦੇ ਬਾਰੇ ਵੀ ਆਪਾਂ ਜਾਣਕਾਰੀ ਦੇਵਾਂਗੇ। ਤੁਹਾਡੇ ਵੀ ਜੇ ਸਵਾਲ ਹੋਏ ਟਰੈਕਿੰਗ ਦੇ ਨਾਲ ਸੰਬੰਧਿਤ, ਤੁਸੀਂ ਉਸ ਟਾਈਮ ਦੇ ਉੱਤੇ ਤੁਸੀਂ ਉਹ ਪੁੱਛ ਵੀ ਸਕੋਗੇ। ਪਹਿਲਾ ਹਿੱਸਾ ਜਿਹੜਾ ਪ੍ਰੋਗਰਾਮ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਜਿਹੜਾ ਉਹ ਨਜ਼ਰ ਮਾਰਾਂਗੇ ਜੀ। ਅਤੇ ਪਹਿਲੀਆਂ ਖਬਰਾਂ ਵੱਲ ਆਈਏ, ਜਿਹੜੀ ਖਬਰ ਆ ਰਹੀ ਆ ਵੀ ਜੌਨ ਬੋਲਟਨ ਜਿਹੜੇ ਵਾਈਟ ਹਾਊਸ ਦੇ ਇੱਕ ਟਾਈਮ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ ਵੀ ਰਹੇ ਆ ਅਤੇ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਸੀ। ਉਹਨਾਂ ਕਹਿੰਦੇ ਆ ਵੀ ਮੇਰਾ ਇੱਕ ਮਹੀਨੇ ਤੋਂ ਜਿਹੜਾ ਟਵਿੱਟਰ ਦਾ ਅਕਾਊਂਟ ਆ ਉਹ ਵੀ ਮੈਨੂੰ ਵਾਈਟ ਹਾਊਸ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਅਤੇ ਅੱਜ ਉਹਨਾਂ ਨੇ ਆਪਣਾ ਇੱਕ ਟਵੀਟ ਛੱਡਿਆ ਵੀ ਕਹਿੰਦੇ ਵੀ ਹੋ ਸਕਦਾ ਉਹ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਕੋਈ ਹੋਰ ਇਨਫੋਰਮੇਸ਼ਨ ਜਿਹੜੀ ਆ ਉਹ ਵੀ ਲੈ ਕੇ ਆ ਜਾਣ ਜੀ। ਇਹ ਇਹਨਾਂ ਨੇ ਜਿਹੜਾ ਕਹਿੰਦੇ ਟਵਿੱਟਰ ਹੇਟਸ ਤੋਂ ਬਾਅਦ ਦੇ ਵਿੱਚ ਇਹ ਵਾਪਸ ਜਿਹੜੇ ਉਹ ਆਏ ਨੇ ਹੇਟਸ, ਮਤਲਬ ਵੀ ਕੁਛ ਚਿਰ ਦੀ ਇੱਕ ਹਿਸਾਬ ਦੇ ਨਾਲ ਛੁੱਟੀ ਜਿਹੜੀ ਉਹ ਹੁੰਦੀ ਆ, ਉੱਥੇ ਸ਼ਾਂਤ ਬੰਦਾ ਰਹਿੰਦਾ ਆ। ਅਤੇ ਹੁਣ ਇਹ ਨਹੀਂ ਪਤਾ ਵੀ ਇਹਦੇ ਵਿੱਚ ਕਿਹੜੀ ਕੋਈ ਉਹਨਾਂ ਦੇ ਹੱਕ ਦੀ ਜਾਂ ਉਹਨਾਂ ਦੇ ਵਿਰੋਧ ਦੀ ਜਿਹੜੀ ਕਿਹੜੀ ਜਿਹੜੀ ਉਹ ਗੱਲ ਆ ਉਹ ਕਰ ਸਕਦੇ ਹੈਗੇ ਨੇ। ਅਤੇ ਕਈ ਜਿਹੜੇ ਆ ਉਹ ਕਹਿ ਲਓ ਵੀ ਹੁਣ ਸੀਟ ਦੀ ਅਗਾਂਹ ਨੂੰ ਜਿਹੜੇ ਉਹ ਆ ਰਹੇ ਨੇ ਵੀ ਦੇਖਦੇ ਹਾਂ ਵੀ ਇਹ ਹੁਣ ਕਿਹੜੀ ਜਿਹੜੀ ਚਰਚਾ ਆ ਨਵੀਂ ਜਿਹੜੀ ਉਹ ਛੇੜਨਗੇ, ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਉਹ ਕਿੱਦਾਂ ਦੀ ਜਿਹੜੀ ਹੋ ਸਕਦੀ, ਕਿਉਂਕਿ ਇੱਕ ਹਿਸਾਬ ਦੇ ਨਾਲ ਕੜੱਤਣ ਦੇ ਵਿੱਚ ਹੀ ਜਿਹੜਾ ਰਿਸ਼ਤਾ ਇਹਨਾਂ ਦਾ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜਾ ਟੁੱਟਿਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਜੌਨ ਬੋਲਟਨ ਆ ਉਹਨਾਂ ਦੇ ਨਾਲ ਜਿਹੜਾ ਸੀਗਾ ਜਦੋਂ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਸੀਗੀ ਜੀ। ਜੀ ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, LA ਦੇ ਵਿੱਚ ਇੱਕ ਜਿਹੜਾ ਟੀਨ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਸ਼ੂਟਿੰਗ ਥ੍ਰੈਟ ਤੋਂ ਬਾਅਦ ਦੇ ਵਿੱਚ। ਅਤੇ ਕਹਿੰਦੇ ਵੀ ਉਸ ਨੇ ਲਿਸਟ ਬਣਾਈ ਹੋਈ ਸੀ ਸਟੂਡੈਂਟਸ ਦੀ ਜਿਹਨੂੰ ਉਹ ਮਾਰਨਾ ਚਾਹੁੰਦਾ ਸੀ, ਅਤੇ ਨਾਲ ਕਹਿੰਦੇ ਵੀ ਉਹਦੇ ਕੋਲ AR-15 ਜਿਹੜੀ ਰਾਈਫਲ ਆ ਉਸ ਦਾ ਐਕਸੈਸ ਵੀ ਸੀਗਾ। 13 ਸਾਲਾਂ ਦਾ ਇਹ ਜਿਹੜਾ ਮੁੰਡਾ ਆ ਪੁਲਿਸ ਨੇ ਜਿਹੜਾ ਗ੍ਰਿਫਤਾਰ ਕੀਤਾ ਸੀਗਾ, ਕੱਲ੍ਹ ਉਹਨਾਂ ਨੇ ਗ੍ਰਿਫਤਾਰ ਕੀਤਾ ਜਦ ਉਸ ਨੇ ਆਪਣੇ ਮਿਡਲ ਸਕੂਲ ਨੂੰ ਸ਼ੂਟ ਕਰਨ ਦੀ ਜਿਹੜੀ ਧਮਕੀ ਉਹ ਦਿੱਤੀ ਸੀ। ਅਤੇ ਅਸੋਲਟ ਸਟਾਈਲ ਜਿਹੜੀ ਰਾਈਫਲ AR-15 ਜਿਸ ਦੇ ਵਿੱਚ ਗੈਰ ਕਾਨੂੰਨੀ ਜਿਹੜੀ ਹਾਈ ਜਿਹੜੀ ਕਪੈਸਿਟੀ ਮੈਗਜ਼ੀਨ ਜਿਹੜੀ ਕਿ ਬੈਨ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਉਹ ਉਸਦੇ ਕੋਲ ਸੀਗੀ ਜਦ ਉਸਦੇ ਘਰ ਦੀ ਸਰਚ ਜਿਹੜੀ ਉਹ ਕੀਤੀ ਗਈ ਸੀਗੀ। ਅਨੀਮੋ ਮੇ ਜੈਮਿਸਨ ਚਾਰਟਰ ਮਿਡਲ ਸਕੂਲ ਦਾ ਕਹਿੰਦੇ ਉਸਨੇ ਹੈਂਡਰੋਨ ਮੈਪ ਜਿਹੜਾ ਆ ਉਹ ਬਣਾਇਆ ਸੀਗਾ, ਇਹ ਸਾਊਥ ਲੋਸ ਐਂਜਲਿਸ ਦੇ ਵਿੱਚ ਜਿਹੜਾ ਸੀਗਾ, ਅਤੇ ਉਸਨੇ ਉਸ ਲਿਸਟ ਦੇ ਵਿੱਚ ਸਟੂਡੈਂਟਸ ਅਤੇ ਕਈ ਸਟਾਫ ਮੈਂਬਰਸ ਦੇ ਨਾਮ ਵੀ ਮੌਜੂਦ ਸੀਗੇ। ਅਤੇ ਇਸ ਦੇ ਨਾਲ ਨਾਲ ਪੁਲਿਸ ਨੇ ਇੱਕ 19 ਸਾਲਾਂ ਦਾ ਹੋਰ ਉਸਦਾ ਪਰਿਵਾਰਕ ਮੈਂਬਰ ਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਆ। ਉਸ ਦੇ ਕੋਲ ਅਨਰਜਿਸਟਰਡ ਫਾਇਰਆਰਮ ਜਿਹੜੀ ਆ ਉਹ ਲੱਭੀ ਆ, ਅਤੇ 100 ਰਾਊਂਡ ਐਮੂਨੇਸ਼ਨ ਦੇ ਜਿਹੜੇ ਉਹ ਲੱਭੇ ਆ। LAPD ਨੇ ਇਹ ਜਿਹੜੀ ਆ ਜਾਣਕਾਰੀ ਦਿੱਤੀ ਆ।
ਇਸ ਤੋਂ ਕੁਛ ਦਿਨ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ 16 ਸਾਲਾਂ ਦੇ ਇੱਕ ਵਿਦਿਆਰਥੀ ਨੇ ਸੌਗਸ ਹਾਈ ਸਕੂਲ ਦੇ ਸੈਂਟਾ ਕਲਾਰੀਟਾ ਦੇ ਵਿੱਚ ਉਸਨੇ ਗੋਲੀਬਾਰੀ ਕੀਤੀ ਸੀ, ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਸੀਗੀ ਅਤੇ 3 ਜਿਹੜੇ ਹੋਰ ਉਸ ਦੇ ਵਿੱਚ ਜ਼ਖਮੀ ਹੋਏ ਸੀਗੇ। ਉਹ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਕਹਿੰਦੇ ਬੰਦੂਕ ਸੀਗੀ ਉਹ ਉਸ ਦੇ ਉੱਤੇ ਕੋਈ ਸੀਰੀਅਲ ਨੰਬਰ ਨਹੀਂ ਸੀਗਾ ਅਤੇ ਉਸਨੇ ਜਿਹੜੀ ਖੁਦ ਕਹਿੰਦੇ ਸ਼ਾਇਦ ਵੱਖ ਵੱਖ ਪਾਰਟਸ ਜਿਹੜੇ ਇਕੱਠੇ ਕਰਕੇ ਜਿਹੜੀ ਹੈ ਇੱਧਰੋਂ ਉੱਧਰੋਂ ਕਰਕੇ ਜਿਹੜੀ ਉਹ ਬਣਾਈ ਸੀਗੀ ਅਨਰਜਿਸਟਰਡ ਤਰੀਕੇ ਦੇ ਨਾਲ, ਜਿਹੜੀ ਉਸਨੇ ਉਹ ਗੈਰ ਕਾਨੂੰਨੀ ਢੰਗ ਨਾਲ ਉਹ ਬਣਾਈ ਸੀਗੀ। ਇਹ ਇੱਕ ਬਹੁਤ ਚਿੰਤਾ ਦਾ ਜਿਹੜਾ ਵਿਸ਼ਾ ਹੈ ਅਤੇ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ 13 ਸਾਲ ਦੀ ਉਮਰ ਨੂੰ ਜਿਹੜਾ ਇੱਕ ਬੱਚੇ ਦੇ ਵਿੱਚ ਇਹ ਦੇਖਦੇ ਆ ਵੀ ਇਹਦੇ ਵਿੱਚ ਬਚਪਨਾ ਹੋਊਗਾ, ਇਹ ਕੁਛ ਹੋਊਗਾ, ਪਰ ਇੱਕ ਇਸ ਪਾਸੇ ਵੱਲ ਨੂੰ ਜਿਹੜਾ ਕੰਮ ਵੱਧਦਾ ਜਾ ਰਿਹਾ ਹੈ, ਬਹੁਤ ਹੀ ਚਿੰਤਾਜਨਕ ਜਿਹੜਾ ਇਹ ਵਿਸ਼ਾ ਹੈਗਾ ਆ। ਅਤੇ ਆਪਾਂ ਵਾਰ ਵਾਰ ਇਸੇ ਲਈ ਆਪਣੇ ਜਿੰਨੇ ਵੀ ਸੁਣਨ ਵਾਲੇ ਉਹਨਾਂ ਨੂੰ ਕਹਿੰਦੇ ਰਹਿੰਦੇ ਹਾਂ ਵੀ ਭਾਈ ਆਪਣੇ ਬੱਚਿਆਂ ਦੇ ਨਾਲ ਹਮੇਸ਼ਾ ਗੱਲਬਾਤ ਜਿਹੜੀ ਉਹ ਕਰਦੇ ਰਿਹਾ ਕਰੋ, ਤੁਹਾਨੂੰ ਪਤਾ ਹੋਣਾ ਚਾਹੀਦਾ ਆ ਵੀ ਉਹ ਕਿਸ ਹਿਸਾਬ ਦੇ ਨਾਲ ਉਹ ਸੋਚ ਰਹੇ ਨੇ, ਕਿੱਦਾਂ ਦੀ ਜਿਹੜੀ ਗੱਲ ਆ ਉਹ ਕਰ ਰਹੇ ਨੇ, ਕਿੱਦਾਂ ਦੇ ਉਹਨਾਂ ਦੇ ਦੋਸਤ ਮਿੱਤਰ ਹੈਗੇ ਆ, ਅਤੇ ਉਹਨਾਂ ਨੂੰ ਇਹ ਜ਼ਰੂਰ ਜਿਹੜਾ ਉਹ ਦੱਸਣਾ ਵੀ ਜੇ ਸਕੂਲ ਦੇ ਵਿੱਚ ਕੋਈ ਇੱਦਾਂ ਦੀ ਕੋਈ ਗੱਲ ਕਰਦਾ ਆ ਵੀ ਉਹ ਤੁਰੰਤ ਅਧਿਕਾਰੀਆਂ ਨੂੰ ਅਤੇ ਤੁਹਾਨੂੰ ਜਿਹੜਾ ਆ ਕੇ ਦੱਸੇ ਤਾਂ ਜੋ ਸਮੇਂ ਰਹਿੰਦੇ ਹੋਏ ਇਹ ਅਜਿਹੀਆਂ ਘਟਨਾਵਾਂ ਤੋਂ ਜਿਹੜਾ ਉਹ ਬਚਿਆ ਜਾ ਸਕੇ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਕਹਿੰਦੇ ਭਈ ਇੰਨੀ ਜ਼ਿਆਦਾ ਆਈਸੋਲੇਸ਼ਨ ਹੋ ਗਈ ਆ USA ਦੇ ਵਿੱਚ, ਇੱਕ 52 ਸਾਲਾਂ ਦਾ ਨੇਵੀ ਦਾ ਵੈਟਰਨ ਇੱਕ ਅਪਾਰਟਮੈਂਟ ਦੇ ਵਿੱਚ 3 ਸਾਲਾਂ ਤੋਂ ਮਰਿਆ ਪਿਆ ਸੀ ਦੇਖ, ਅਤੇ ਉਹਦੀ ਮਦਰ ਇਹ ਸੋਚਦੀ ਰਹੀ ਪਈ ਉਹ ਕਿਉਂਕਿ ਨੇਵੀ ਦੀ ਜੋਬ ਕਰਦਾ ਜਾਂਦਾ ਆਉਂਦਾ ਰਹਿੰਦਾ ਵੀ ਹੋ ਸਕਦਾ ਉਹਦਾ ਕੰਟੈਕਟ ਨਹੀਂ ਹੋਇਆ, ਅਤੇ ਸਾਰੇ ਬਿੱਲ ਉਹਦੇ ਆਟੋਮੈਟਿਕ ਹੁਣ ਸੈੱਟ ਹੋ ਕੀਤੇ ਹੋਏ ਸੀਗੇ, ਸੋ ਰੈਂਟ ਆਟੋਮੈਟਿਕਲੀ ਐਵਰੀ ਮੰਥ ਚਲਾ ਜਾਂਦਾ ਸੀ। ਅਤੇ ਉਹ ਜਿਹੜੀ ਅਪਾਰਟਮੈਂਟ ਦੇ ਮੇਨਟੇਨੈਂਸ ਵਾਲੇ ਸੀਗੇ ਮੈਨੇਜਰ, ਉਹਨਾਂ ਨੇ ਚੈੱਕ ਕੀਤਾ ਵੀ ਕਾਫੀ ਮਹੀਨਿਆਂ ਤੋਂ ਇਸ ਅਪਾਰਟਮੈਂਟ ਦਾ ਜਿਹੜਾ ਪਾਣੀ ਦਾ ਜਿਹੜਾ ਮੀਟਰ ਆ ਉਹ ਹਿਲਦਾ ਹੀ ਨਹੀਂ, ਵੀ ਜਾਂ ਕਿਤੇ ਪਾਈਪ ਲੀਕ ਨਾ ਹੋਵੇ ਜਾਂ ਕੁਛ ਨਾ ਹੋਵੇ। ਜਦੋਂ ਫਿਰ ਉਹਨਾਂ ਨੇ ਤੋੜ ਕੇ ਦੇਖਿਆ ਤਾਂ ਉਹ ਬੰਦਾ ਜਿਹੜਾ 3 ਸਾਲਾਂ ਤੋਂ ਮਰਿਆ ਪਿਆ ਸੀ ਟੈਕਸਸ ਦੇ ਵਿੱਚ ਇਸ ਅਪਾਰਟਮੈਂਟ ਦੇ ਵਿੱਚ, ਨੇਵੀ ਵੈਟਰਨ ਰੋਨਲਡ ਵੇਨ ਵਾਈਟ ਨਾਮ ਦਾ ਜਿਹੜਾ ਬੰਦਾ ਆ, 3 ਸਾਲਾਂ ਬਾਅਦ ਉਹਦੀ ਬੋਡੀ ਜਿਹੜੀ ਪਾਈ ਗਈ ਉੱਥੇ ਜੀ। ਦੇਖੋ ਦੇਖੋ ਹਰਜੋਤ ਸਿੰਘ ਜੀ ਕਿੰਨੀ ਮਾੜੀ ਜਿਹੜੀ ਹੈ, ਜਿਹੜੇ ਗੁਆਂਢੀ ਵੀ ਆ ਜਾਂ ਕਿਸੇ ਨੂੰ ਪਤਾ ਹੀ ਨਹੀਂ, ਕਿਸੇ ਨੂੰ ਮੁਸ਼ਕ ਵੀ ਨਹੀਂ ਆਇਆ ਹੋਊਗਾ ਕਿਉਂਕਿ ਜਦੋਂ ਕੋਈ ਮਰ ਜਾਂਦਾ ਤਾਂ ਬੋਡੀ ਤਾਂ ਬਹੁਤ ਮੁਸ਼ਕ ਮਾਰਦੀ ਹੈ, ਇਹ ਵੀ ਉਹ ਜਿਹੜੀਆਂ ਚੀਜ਼ਾਂ ਵੀ ਪਤਾ ਨਹੀਂ ਕੀ ਜਿਹੜਾ ਕਰ ਰਹੇ, ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਵੀ 3 ਸਾਲ ਤੋਂ ਦਰਵਾਜ਼ਾ ਖੁੱਲ੍ਹਾ ਕਿ ਨਹੀਂ ਖੁੱਲ੍ਹਾ। ਗੱਲ ਇਹੀ ਹੈ ਨਾ ਵੀ ਜਿੱਦਾਂ ਤੁਸੀਂ ਕਿਹਾ ਵੀ ਆਈਸੋਲੇਸ਼ਨ ਇੰਨੀ ਕੁ ਹੋ ਚੁੱਕੀ, ਲੋਕਾਂ ਨੂੰ ਕਿਸੇ ਦੇ ਨਾਲ ਕੋਈ ਮਤਲਬ ਜਿਹੜਾ ਉਹ ਰਿਹਾ ਹੀ ਨਹੀਂ ਆ ਜੀ ਜੀ। ਅਤੇ ਹੁਣ ਆਪਾਂ ਇਮੀਗ੍ਰੇਸ਼ਨ ਵੱਲ ਆਈਏ, ਇਮੀਗ੍ਰੇਸ਼ਨ ਵੱਲ ਜੇ ਸਭ ਤੋਂ ਪਹਿਲਾਂ ਆਪਾਂ ਸਾਂਝੀ ਕਰੀਏ ਭਈ US ਦੇ ਵਿੱਚ ਇਮੀਗ੍ਰੇਸ਼ਨ ਬਹੁਤ ਸਟ੍ਰਿਕਟ ਹੋ ਗਈ ਆ। ਆਪਾਂ ਦੇਖਿਆ ਸੀ ਭਈ ਕੁਛ ਕੁ ਹਫ਼ਤੇ ਪਹਿਲਾਂ ਮੈਕਸੀਕੋ ਤੋਂ 300 ਦੇ ਕਰੀਬ ਜਿਹੜੇ ਆ ਪੰਜਾਬੀ ਅਤੇ ਹਰਿਆਣਵੀ ਮੂਲ ਦੇ ਜਿਹੜੇ ਬੰਦੇ ਸੀਗੇ, ਮੁੰਡੇ ਸੀ ਕਈ, ਬਹੁਤੇ ਨੌਜਵਾਨ ਸੀ, ਜਿਨ੍ਹਾਂ ਨੂੰ ਪੂਰਾ ਪਲੇਨ ਭਰ ਕੇ ਉਹਨਾਂ ਨੇ ਦਿੱਲੀ ਲੈ ਗਏ ਸੀ। ਅਤੇ ਆ ਹੁਣ 2-3 ਦਿਨ ਪਹਿਲਾਂ USA ਤੋਂ, ਹਾਂਜੀ USA ਤੋਂ ਹੀ 150 ਦੇ ਕਰੀਬ ਜਿਹੜੇ ਆ ਡਿਪੋਰਟ ਕੀਤੇ ਹੈਗੇ ਆ। ਇੱਕ ਹੋਰ ਲੇਟੈਸਟ ਵੀਡੀਓ ਆਈ ਆ ਵੀ ਕਿਸ ਤਰ੍ਹਾਂ ਮੈਕਸੀਕੋ ਦੇ ਵਿੱਚ ਜਿਹੜੇ ਆ ਗੈਂਗਸਟਰ ਆ ਉਹਨਾਂ ਨੇ ਕਿਡਨੈਪ ਕੀਤੇ ਹੋਏ ਆ ਪੰਜਾਬੀ ਦਾ ਹਰਿਆਣਵੀ ਮੂਲ ਦੇ ਲੋਕ ਜਿਹੜੇ ਕ੍ਰੋਸ ਕਰਨਾ ਚਾਹੁੰਦੇ ਸੀ ਅਤੇ ਉਹਨਾਂ ਤੋਂ ਪੈਸੇ ਮੰਗ ਰਹੇ ਆ। ਉਹਨਾਂ ਦੀ ਵੀਡੀਓ ਵੀ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਪੰਜਾਬੀ ਰੇਡੀਓ USA 'ਤੇ। ਸੋ ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਹਾਂ ਵੀ ਭਾਈ ਇਲੀਗਲ ਤਰੀਕੇ ਨਾਲ ਨਾਲਾਂ ਆਓ, ਬਹੁਤ ਬੁਰਾ ਹਾਲ ਚੱਲ ਰਿਹਾ। ਹੁਣ ਲੇਟੈਸਟ ਨਿਊਜ਼ ਰਾਜਕਨਵੀਰ ਸਿੰਘ ਜੀ ਇਹ ਆ ਰਹੀ ਆ ਭਈ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈਗੀ ਆ ਇਹ ਬੱਸਾਂ ਭਰ ਭਰ ਕੇ ਟੂਸਾਨ ਐਰੀਜ਼ੋਨਾ ਤੋਂ ਅਤੇ ਐਲ ਪਾਸੋ ਟੈਕਸਸ ਤੋਂ ਮੈਕਸੀਕੋ ਨੂੰ ਅਤੇ ਈਵਨ ਦੂਰ ਦੂਰ ਤਾਈਂ 300 ਮੀਲ ਤਾਈਂ ਕਹਿੰਦੇ ਭਈ ਉਹ ਜਿਹੜੇ ਆਉਂਦੇ ਆ ਕ੍ਰੋਸ ਕਰਕੇ ਇਲੀਗਲੀ ਉਹਨਾਂ ਨੂੰ ਛੱਡਣ ਜਾ ਰਹੇ ਹੈਗੇ ਆ ਜੀ। ਹਰਜੋਤ ਸਿੰਘ ਜੀ ਜਿਹੜਾ ਤੁਸੀਂ ਆਪਾਂ ਜਿਹੜੇ 150 ਬੰਦਿਆਂ ਦੀ ਗੱਲ ਕੀਤੀ ਆ ਇਹਦੇ ਵਿੱਚ ਬਹੁਤ ਧਿਆਨ ਦੇਣ ਵਾਲੀ ਜਿਹੜੀ ਇਹ ਚੀਜ਼ਾਂ ਆ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋ ਚੁੱਕੇ ਸੀ ਉਹਨਾਂ ਨੂੰ ਉਹਨਾਂ ਨੇ ਜਿਹੜਾ ਡਿਟੈਂਸ਼ਨ ਸੈਂਟਰਾਂ ਦੇ ਵਿੱਚੋਂ ਕਈਆਂ ਨੂੰ, ਕਈ ਬਾਅਦ ਦੇ ਵਿੱਚ ਫੜੇ ਗਏ, ਉਹਨਾਂ ਵਿੱਚ ਇੱਕ ਅਜਿਹਾ ਵੀ ਪੰਜਾਬੀ ਸੀਗਾ ਜਿਸ ਦੇ ਉੱਤੇ DUI ਸੀਗੀ ਜੀ। DUI ਤੋਂ ਬਾਅਦ ਦੇ ਵਿੱਚ ਉਹ ਫੜਿਆ ਗਿਆ, ਉਸ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਉਸ ਉਹ ਜਿਹੜਾ ਡਿਟੈਂਸ਼ਨ ਸੈਂਟਰ 'ਚ ਰੱਖਿਆ ਅਤੇ ਬਾਅਦ ਦੇ ਵਿੱਚ ਜਹਾਜ਼ੇ ਚਾੜ੍ਹ ਕੇ ਜਿਹੜਾ ਆ ਉਸ ਨੂੰ ਵਾਪਸ ਘੱਲਿਆ। ਬਾਅਦ ਦੇ ਵਿੱਚ ਉੱਥੇ ਕਈ ਜਿਹੜੇ ਆ ਉਹਨਾਂ ਨੇ ਉੱਥੇ ਇੰਟਰਵਿਊ ਵੀ ਦਿੱਤੀਆਂ, ਗੱਲਾਂ ਬਾਤਾਂ ਵੀ ਕੀਤੀਆਂ ਵੀ ਇੰਨੇ ਇੰਨੇ ਲੱਖਾਂ ਰੁਪਈਏ ਲਾ ਕੇ ਕਿੰਨੀ ਕਿੰਨੀ ਏਰੀਆ ਸੀ ਟਰਾਈ ਕਰਕੇ ਜਿਹੜੇ ਉੱਥੇ ਪਹੁੰਚਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਹੇ ਆ। ਭਾਈ ਸੰਭਲ ਜਾਓ, ਧਿਆਨ ਰੱਖੋ। ਜਿਹੜੇ ਲੋਕ ਕਈ ਆਖ ਦਿੰਦੇ ਆ ਨਾ ਵੀ ਉਹ ਨਹੀਂ ਜੀ ਇਹ ਤਾਂ ਇਲੈਕਸ਼ਨ ਦੇ ਕਰਕੇ ਇੱਥੇ ਜਿਹੜਾ ਇਹਨਾਂ ਨੇ ਸਖਤੀ ਕੀਤੀ, ਇਹ ਸਖਤੀ ਤੁਹਾਡੇ ਸਾਹਮਣੇ ਦਿਖ ਰਹੀ ਆ, ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਇੱਥੇ ਨਾ ਆਓ, ਜੀ ਸਦਕੇ ਆਓ, ਜਮ ਜਮੇ ਆਓ, ਪਰ ਗੱਲ ਇਹ ਆ ਵੀ ਤੁਹਾਨੂੰ ਜਿਹੜਾ ਸਹੀ ਤਰੀਕਾ ਜਿਹੜਾ ਉਹ ਲੱਭਣਾ ਪੈਣਾ ਆ। ਆਪਾਂ ਹਰਜੋਤ ਸਿੰਘ ਜੀ ਆਪਸ 'ਚ ਗੱਲ ਕਰ ਰਹੇ ਸੀ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੇ ਬਿਜ਼ਨਸ ਵੀਜ਼ਾ ਜਿਹੜਾ ਹੁੰਦਾ ਆ
ਵੀ ਜਿਹੜਾ ਤੁਸੀਂ ਇਨਵੈਸਟਮੈਂਟ ਵੀਜ਼ਾ ਜਿਹਨੂੰ ਵੀ ਆਖ ਦਿੱਤਾ ਜਾਂਦਾ ਆ, ਉਸ ਦੀ ਲਿਮਿਟ ਵੀ ਜਿਹੜੀ ਉਹਨਾਂ ਨੇ ਵਧਾ ਦਿੱਤੀ ਆ, $500,000 ਦੀ ਬਜਾਏ ਉਹਨਾਂ ਨੇ ਉਸ ਨੂੰ ਵਧਾ ਕੇ $900,000 $9.8 million ਆ, $9.5 million ਤਾਂ ਮਿਨੀਮਮ ਆ, ਜਿੱਦਾਂ ਕਿਉਂਕਿ ਉਹ ਏਰੀਏ ਹੁੰਦੇ ਕਿਹੜੇ ਏਰੀਏ 'ਚ ਤੁਸੀਂ ਕਿੱਥੇ ਇਨਵੈਸਟ ਕਰਨਾ ਆ। ਸੋ ਉਹ ਵੀ ਉਹਨਾਂ ਨੇ ਦੁੱਗਣੇ ਤੋਂ ਜ਼ਿਆਦਾ ਜਿਹੜਾ ਉਹ ਕਰਨ ਜਿਹੜਾ ਉਹ ਜਾ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਲਗਾਤਾਰ ਸੰਬੰਧਿਤ ਤੌਰ ਦੇ ਉੱਤੇ ਇਮੀਗ੍ਰੇਸ਼ਨ ਦੇ ਨਾਲ ਉਸ ਨੂੰ ਸਖ਼ਤ ਕੀਤਾ ਜਾ ਰਿਹਾ ਆ। ਗੈਰ ਕਾਨੂੰਨੀ ਢੰਗ ਨੂੰ ਤਾਂ ਇਹ ਮੰਨਦੇ ਨਹੀਂ, ਇਹ ਤਾਂ ਪਹਿਲਾਂ ਹੀ ਉਸ ਦੇ ਉੱਤੇ ਬਹੁਤ ਸਖ਼ਤ ਨੇ, ਅਤੇ ਕਾਨੂੰਨੀ ਢੰਗ ਦੇ ਨਾਲ ਵੀ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਉੱਤੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਸਖ਼ਤੀ ਕਰ ਰਹੇ ਆ, ਤਾਂ ਜੋ ਔਖਿਆਂ ਕਰ ਰਹੇ ਆ। ਸਖ਼ਤੀ ਕੀ ਕਹਿਣਾ ਚਾਹੁੰਦੇ, ਔਖਿਆਂ ਕਰ ਰਹੇ ਆ ਵੀ ਘੱਟ ਤੋਂ ਘੱਟ ਲੋਕ ਜਿਹੜੇ ਅਮਰੀਕਾ ਦੇ ਵਿੱਚ ਕਾਨੂੰਨੀ ਢੰਗ ਦੇ ਨਾਲ ਵੀ ਜਿਹੜੇ ਉਹ ਦਾਖਲ ਹੋਣ। ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ, ਇਮੀਗ੍ਰੇਸ਼ਨ ਦੇ ਨਾਲ ਹੀ ਸੰਬੰਧ ਜਿਹੜੀ H-1B ਵੀਜ਼ੇ ਦੇ ਜਿਹੜੇ ਸਪਾਊਸ ਵੀਜ਼ਾ ਹੁੰਦਾ, ਜਿਹੜਾ H-4B ਵੀਜ਼ਾ ਹੁੰਦਾ, H-4 ਵੀਜ਼ਾ ਆ ਵੀ ਉਹਨਾਂ ਦਾ ਜਿਹੜੇ ਜਿਨ੍ਹਾਂ ਦੇ H-1B ਵੀਜ਼ੇ ਉਹਨਾਂ ਦਾ ਗ੍ਰੀਨ ਕਾਰਡ ਲਈ ਅਪਰੂਵਲ ਹੋ ਚੁੱਕਾ ਹੋਇਆ ਆ ਪਰ ਉਹ ਲਾਈਨ 'ਚ ਲੱਗੇ ਨੇ, ਵੀ ਉਹਨਾਂ ਦੇ ਜਿਹੜੇ ਸਪਾਊਸ ਘਰ ਵਾਲਾ ਜਾਂ ਘਰ ਵਾਲੀ ਉਹਨਾਂ ਨੂੰ H-4 ਦੇ ਉੱਤੇ ਕੰਮ ਕਰਨ ਦੇ ਲਈ ਇਜਾਜ਼ਤ ਜਿਹੜੀ ਦਿੱਤੀ ਗਈ ਸੀਗੀ ਓਬਾਮਾ ਪ੍ਰਸ਼ਾਸਨ ਦੇ ਦੁਆਰਾ। ਇਹ ਜਿਹੜੇ ਰਾਸ਼ਟਰਪਤੀ ਟਰੰਪ 2017 ਤੋਂ ਟਰਾਈ ਕਰ ਰਹੇ ਆ ਵੀ ਉਸ ਚੀਜ਼ ਨੂੰ ਜਿਹੜਾ ਆ ਉਹ ਉਲਾਦਿਆ ਜਾ ਸਕੇ, ਵਾਪਸ ਜਿਹੜਾ ਲਿਆ ਜਾ ਸਕੇ। USCIS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਪ੍ਰਪੋਜ਼ ਕੀਤਾ ਸੀਗਾ ਵੀ ਮਾਰਚ ਮਹੀਨੇ ਦੇ ਵਿੱਚ ਇਸ ਨੂੰ ਬੰਦ ਕਰਨ ਜਾ ਰਹੇ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜਾ ਉਸ ਦੇ ਵਿੱਚ ਰੌਲਾ ਰੱਪਾ ਵੀ ਪਿਆ, ਅਤੇ ਆਈ ਥਿੰਕ ਉਹਨਾਂ ਨੇ ਉਸ ਪ੍ਰਪੋਜ਼ਲ ਨੂੰ ਹੁਣ ਹਾਲ ਦੀ ਘੜੀ ਜਿਹੜਾ ਆ ਉਹਨਾਂ ਨੇ ਪੋਸਟਪੋਨ ਕਰ ਦਿੱਤਾ ਹੈਗਾ ਆ। ਪਰ ਉਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਵੱਡਾ ਅਸਰ ਵੀ ਜਿਹੜਾ ਹਰਜੋਤ ਸਿੰਘ ਜੀ ਪੈਣਾ ਵੀ H-1B ਵੀਜ਼ੇ ਵਾਲੇ ਬਹੁਤੇ ਜਿਹੜੇ ਇਸ ਕਰਕੇ ਪਰਿਵਾਰਾਂ ਨੂੰ ਇੱਥੇ ਲੈ ਕੇ ਵੀ ਆ ਰਹੇ ਆ, ਸੈੱਟ ਵੀ ਕਰ ਰਹੇ ਆ ਵੀ ਉਹਨਾਂ ਦੀ ਘਰਵਾਲੀ ਜਾਂ ਘਰ ਵਾਲੇ ਨੂੰ ਵੀ ਕੰਮ ਕਰਨ ਦਾ ਜਿਹੜਾ ਉੱਥੇ ਮੌਕਾ ਜਿਹੜਾ ਮਿਲੇਗਾ। ਕਿਉਂਕਿ ਆਪਾਂ ਹੁਣ ਦੇਖਦੇ ਹਾਂ ਵੀ ਜਿਨ੍ਹਾਂ ਇਲਾਕਿਆਂ ਦੇ ਵਿੱਚ H-1B ਵੀਜ਼ੇ ਵਾਲੇ ਹੁੰਦੇ ਆ, IT ਸੈਕਟਰ ਵਾਲੇ ਆ, ਉਹ ਉੱਥੇ ਕੰਮ ਕਿੰਨਾ ਮਹਿੰਗਾ ਆ, ਉੱਥੇ ਜਿਹੜਾ ਰਹਿਣਾ ਕਿੰਨਾ ਔਖਿਆ ਆ, $3,000-4,000 ਦੇ ਤਾਂ ਜਿਹੜੇ ਰੈਂਟ ਦੇ ਰਹੇ ਆ, ਮੋਰਗੇਜ ਦੀ ਤਾਂ ਛੱਡੋ ਹੀ ਗੱਲ, ਹੈ ਨਾ, ਵੀ ਉੱਥੇ ਕਿੰਨਾ ਜਿਹੜਾ ਉਸ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਆ, ਉਹ ਤਾਂ ਇੱਥੇ ਰਹਿ ਰਹੇ ਆ ਵੀ ਚੱਲ ਦੋਨੋਂ ਜੀ ਕਮਾਵਾਂਗੇ ਅਤੇ ਫਿਰ ਕਿਤੇ ਜਾ ਕੇ ਜਿਹੜਾ ਥੋੜ੍ਹਾ ਔਖੇ ਸੌਖੇ ਹੋ ਕੇ ਜਿਹੜਾ ਕੰਮ ਜਿਹੜਾ ਗੁਜ਼ਾਰਾ ਜਿਹੜਾ ਉਹ ਚੱਲੂਗਾ, ਬੱਚਿਆਂ ਦੀ ਵੀ ਦੇਖ ਰੇਖ ਹੁੰਦੀ, ਸਾਰਾ ਕੁਛ ਜਿਹੜਾ ਉਸ ਦੇ ਵਿੱਚ ਨਾਲ ਜਿਹੜਾ ਆਉਂਦਾ ਆ। ਅਤੇ ਜੇ H-4B ਵੀਜ਼ੇ ਵਾਲਿਆਂ ਨੂੰ ਉਹ ਮਨ੍ਹਾ ਕਰਦੇ ਆ ਜਿਸ ਤਰੀਕੇ ਦੇ ਨਾਲ ਇਹ ਟਰਾਈ ਕਰ ਰਹੇ ਆ, ਹੌਲੀ ਹੌਲੀ ਵੀ ਆਪਾਂ ਉਸ ਨੂੰ ਜਿਹੜਾ ਮਨ੍ਹਾ ਕੀਤਾ ਜਾਵੇ ਵੀ ਉਹ ਕੰਮ ਜਿਹੜਾ ਉਹ ਨਾ ਕਰ ਸਕਣ, ਕਿਉਂਕਿ ਇਹਨਾਂ ਦਾ ਜਿਹੜਾ ਟਰੰਪ ਪ੍ਰਸ਼ਾਸਨ ਦਾ ਇਹ ਕਹਿਣਾ ਸੀਗਾ ਵੀ ਇਸ ਦੇ ਨਾਲ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਨੂੰ ਘੱਟ ਰੁਜ਼ਗਾਰ ਜਿਹੜਾ ਉਹ ਮਿਲ ਰਿਹਾ, ਉਹਨਾਂ ਦੇ ਰੁਜ਼ਗਾਰ ਦੇ ਉੱਤੇ ਜਿਹੜਾ ਅਸਰ ਪੈ ਰਿਹਾ। ਸੇਵ ਜੋਬਸ USA ਕਰਕੇ ਜਿਹੜੀ ਸੰਸਥਾ ਆਰਗਨਾਈਜੇਸ਼ਨ ਆ, ਉਹਨਾਂ ਨੇ ਜਿਹੜਾ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਕੇਸ ਲੜਿਆ, ਜਿਸ ਦੇ ਕਰਕੇ ਜਿਹੜਾ ਹਾਲ ਦੀ ਘੜੀ ਇਹਨਾਂ ਨੇ ਇਹ ਪ੍ਰਪੋਜ਼ਲ ਆ ਉਸ ਨੂੰ ਜਿਹੜਾ ਅੱਗੇ ਥੋੜ੍ਹਾ ਜਿਹੜਾ ਉਹ ਪਾ ਦਿੱਤਾ ਹੈਗਾ। ਸੋ ਮਾਈਗ੍ਰੇਸ਼ਨ ਪ੍ਰੋਟੈਕਸ਼ਨ ਪ੍ਰੋਟੋਕਾਲ MPP ਜਿਹਨੂੰ ਕਾਮਨਲੀ ਕਿਹਾ ਜਾਂਦਾ ਰਿਮੇਨ ਇਨ ਮੈਕਸੀਕੋ ਪੋਲਿਸੀ ਜਿਹੜੀ ਆ, ਇਸ ਜਨਵਰੀ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਸਟਾਰਟ ਕੀਤੀ ਗਈ ਸੀ। ਉਹਦੇ ਤਹਿਤ 70,000 ਤੋਂ ਵੱਧ ਜਿਹੜੇ ਲੋਕ ਆ ਉਹ ਵਾਪਸ ਮੈਕਸੀਕੋ ਦੇ ਵਿੱਚ ਭੇਜੇ ਗਏ ਹੈਗੇ ਆ, ਵੀ ਜੇ ਤੁਸੀਂ ਪੋਲੀਟੀਕਲ ਅਸਾਈਲਮ ਦਾ ਵੀ ਕੇਸ ਕਰਨਾ ਹੈਗਾ ਤੁਸੀਂ ਵਾਪਸ ਮੈਕਸੀਕੋ ਜਾਓ, ਉੱਥੇ ਜਾ ਕੇ ਜਿਹੜਾ ਕਰੋ, ਫਿਰ ਆਪਾਂ ਦੇਖਾਂਗੇ। ਸੋ ਬਹੁਤ ਜ਼ਿਆਦਾ ਸਖਤੀ ਹੋ ਰਹੀ ਆ। ਲੇਟੈਸਟ ਜਿਹੜੇ ਸਰਵੇ ਆਏ ਆ ਕਹਿੰਦੇ ਪਈ ਪਿਛਲੇ ਮਈ ਤੋਂ ਲੈ ਕੇ ਹੁਣ ਤੱਕ 70% ਜਿਹੜੀ ਲੋਕ ਫੜਦੇ ਸੀਗੇ ਬਾਰਡਰ ਦੇ ਉੱਤੇ ਜਿਹੜੇ ਹੋਮਲੈਂਡ ਸਿਕਿਉਰਿਟੀ ਵਾਲੇ, ਉਹਨਾਂ ਦੇ ਵਿੱਚ ਘਾਟ ਹੋਈ ਆ, 70% ਡਿਕਰੀਜ਼ ਹੋਇਆ ਐਪਰੀਹੈਂਸ਼ਨਸ ਦੇ ਉੱਤੇ ਮਈ ਤੋਂ ਲੈ ਕੇ ਹੁਣ ਤੱਕ। ਸੋ ਪੂਰੀ ਜਿਹੜੀ ਸਖਤੀ ਆ ਉਹ ਹੁਣ ਵਰਤੀ ਜਾ ਰਹੀ ਹੈਗੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਇੱਕ ਵਾਰੀ ਫਿਰ ਵੀ ਭਾਈ ਕੋਈ ਮਾੜੀ ਮੋਟੀ ਸ਼ਰਾਰਤ ਨਾ ਕਰੋ ਜੇ ਬੰਦਾ ਸਿਟੀਜ਼ਨ ਨਹੀਂ ਹੈਗਾ। ਵੈਸੇ ਤਾਂ ਸਿਟੀਜ਼ਨ ਵਾਲੇ ਨੂੰ ਵੀ ਨਹੀਂ ਕਰਨੀ ਚਾਹੀਦੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ DUI, ਕੋਈ ਫੈਲਨੀ ਚਾਰਜ, ਈਵਨ 2 ਮਿਸਟਮੀਨਰ ਇੱਦਾਂ ਦੇ ਚਾਰਜ ਵੀ ਲੱਗ ਗਏ ਅਤੇ ਤੁਹਾਡੇ ਕੋਲ ਗ੍ਰੀਨ ਕਾਰਡ ਹੋਇਆ, ਵਰਕ ਪਰਮਿਟ ਤਾਂ ਭੁੱਲ ਜਾਓ, ਉਹਨੇ ਚੱਕ ਕੇ ਡਿਪੋਰਟ ਕਰ ਦੇਣਾ। ਸੋ ਇਹ ਬਹੁਤ ਹੀ ਧਿਆਨ ਰੱਖਣ ਯੋਗ ਜਿਹੜੀਆਂ ਗੱਲਾਂ ਹੈਗੀਆਂ ਆ। ਲੇਟੈਸਟ ਤੁਸੀਂ ਦੇਖਿਆ ਹੀ ਆ ਵੀ 2-3 ਦਿਨ ਪਹਿਲਾਂ ਜਿਹੜਾ ਕੀ ਕੁਝ ਹੋਇਆ ਹੈਗਾ। ਜੀ ਬਿਲਕੁਲ, ਇਹ ਕਾਫੀ ਜਿਹੜੀਆਂ ਆ ਉਹ ਜਿਹੜੀ ਸਥਿਤੀ ਜਿਹੜੀ ਆ ਬਹੁਤ ਜ਼ਿਆਦਾ ਸਖਤ ਜਿਹੜੀ ਆ ਇਸ ਦੇ ਬਾਬਤ ਆ ਉਹ ਹੁੰਦੀ ਜਾ ਰਹੀ ਹੈਗੀ ਆ। ਅਤੇ ਨਾਲ ਹੀ ਜਿਹੜੇ ਆਪਾਂ ਹਰਜੋਤ ਸਿੰਘ ਜੀ ਇੱਕ ਹੋਰ ਖਬਰ ਆ ਰਹੀ, ਕਹਿੰਦੇ US ਦੇ ਇਮੀਗ੍ਰੇਸ਼ਨ ਅਫਸਰ ਆ ਉਸਨੇ ਆਪਣੇ ਇੰਪਲੋਈਜ਼ ਨੂੰ ਧਮਕੀ ਜਿਹੜੀ ਉਹ ਦਿੱਤੀ, ਕਹਿੰਦੇ ਵੀ ਅਸੀਂ ਤੁਹਾਨੂੰ ਫਾਇਰ ਕਰ ਦੇਵਾਂਗੇ ਜੇ ਤੁਸੀਂ ਮੀਡੀਆ ਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕੀਤੀ ਹੈਗੀ ਆ। ਸੋ ਇਹ ਜਿਹੜੇ USCIS ਦੇ ਇਮੀਗ੍ਰੇਸ਼ਨ ਅਫਸਰ ਆ ਉਹਨਾਂ ਨੇ ਜਿਹੜਾ ਆਖਿਆ ਵੀ ਬੀਤੇ ਦਿਨਾਂ ਦੇ ਵਿੱਚ ਖਬਰਾਂ ਆਈਆਂ ਸੀ ਵੀ ਕਿਸ ਤਰੀਕੇ ਨਾਲ ਅਸਾਈਲਮ ਅਤੇ ਰੈਫਿਊਜੀ ਜਿਹੜੇ ਆਫਿਸਰਸ ਆ
ਉਹ ਉਹਨਾਂ ਨੇ ਗੱਲਾਂ ਵੀ ਜਿਹੜੀਆਂ ਕੀਤੀਆਂ ਸੀਗੀਆਂ, ਉਹ ਚਰਚਾਵਾਂ ਜਿਹੜੀਆਂ ਚੱਲੀਆਂ ਸੀਗੀਆਂ ਵੀ ਉਹ ਚਾਹੁੰਦੇ ਨਹੀਂ ਆ ਵੀ ਇਹ ਜਿਹੜੀ ਪੋਲਿਸੀ ਜਿਹੜੀ ਰਿਮੇਨ ਇਨ ਮੈਕਸੀਕੋ ਵਾਲੀ ਖਾਸ ਕਰਕੇ ਆ ਵੀ ਉਹ ਲਾਗੂ ਜਿਹੜੀ ਹੋਵੇ, ਅਤੇ ਕਈ ਜਿਹਨਾਂ ਦੇ ਮਨ ਦੇ ਵਿੱਚ ਕਹਿ ਲਓ ਵੀ ਉਹਨਾਂ ਦੇ ਪ੍ਰਤੀ ਜਿਹੜਾ ਦਰਦ ਆ ਜਾਂ ਭਾਵਨਾ ਹੈਗੀ ਆ ਵੀ ਉਹ ਚੀਜ਼ ਜਿਹੜੀ ਉਹ ਨਹੀਂ ਸੀ ਜਿਹੜੀ ਉਹ ਚਾਹੁੰਦੇ। ਸੋ ਉਹਨਾਂ ਨੇ ਹੁਣ ਜਿਹੜੇ USCIS ਵਾਲੇ ਜਿਹੜੇ ਅਧਿਕਾਰੀ ਉਹਨਾਂ ਨੇ ਆਪਣੇ ਹੀ ਇੰਪਲੋਈਜ਼ ਨੂੰ ਜਿਹੜਾ ਇਹ ਚੇਤਾਵਨੀ ਦਿੱਤੀ ਆ ਵੀ ਜੇ ਤੁਸੀਂ ਮੀਡੀਆ ਤੱਕ ਆਪਣੀ ਇਨਫੋਰਮੇਸ਼ਨ ਲੀਕ ਕਰੋਗੇ ਤਾਂ ਤੁਹਾਡੀ ਜਿਹੜੀ ਇਸ ਦਫ਼ਤਰ 'ਚੋਂ ਜਿਹੜੀ ਆ ਛੁੱਟੀ ਕੀਤੀ ਜਾ ਸਕਦੀ ਆ। ਸੋ ਮੀਡੀਆ ਲੀਕਸ ਦੇ ਉੱਤੇ ਵੀ ਜਿਹੜੇ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹਨਾਂ ਦੀ ਨਾਲ ਦੇ ਨਾਲ ਹੈਗੀ। ਉੱਦਾਂ USCIS ਵਾਲੇ ਕਹਿੰਦੇ ਆ ਵੀ ਸਾਡੇ ਮੀਡੀਆ ਲੀਕ ਜਿਹੜੇ ਲੀਕਸ ਇਸ ਹਿਸਾਬ ਦੇ ਨਾਲ ਇਨਫੋਰਮੇਸ਼ਨ ਹੁੰਦੀ ਨਹੀਂ ਜੀ। ਅਗਲੀ ਹੋਰ ਬਾਅਦ ਚੱਲੀਏ ਜਿਹੜੀ ਸਟੋਕਟਨ ਕੈਲੀਫੋਰਨੀਆ ਤੋਂ ਆ ਰਹੀ ਆ, ਉੱਥੇ ਜਿਹੜੇ ਆਈਸ ਦੇ ਉਲਟ ਕਾਫੀ ਪ੍ਰੋਟੈਸਟ ਹੋ ਰਹੇ ਆ, ਪਰ ਪਿੱਛੇ ਜੇ ਪਤਾ ਲੱਗਾ ਵੀ 150 ਦੇ ਕਰੀਬ ਜਿਹੜੇ ਲੋਕ ਸੀਗੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਦੇ ਕ੍ਰਿਮੀਨਲ ਚਾਰਜਸ ਸੀਗੇ, ਉਹਨਾਂ ਦੀ ਪੂਰੀ ਲਿਸਟ ਜਿਹੜੀ ਆਈਸ ਨੂੰ ਉੱਥੇ ਦੇ ਪੁਲਿਸ ਚੀਫ ਨੇ ਦੇ ਦਿੱਤੀ, ਅਤੇ ਉਹ ਆਈਸ ਵਾਲਿਆਂ ਨੇ ਕਈ ਜਿਹੜੇ ਲੋਕ ਆ ਉਹ ਚੱਕੇ ਵੀ ਹੈਗੇ ਆ ਉੱਥੋਂ ਜੀ। ਸੋ ਇਹ ਚੱਕਰ ਚੁਕਾਉਣ ਦਾ ਕੰਮ ਤਾਂ ਇਹਨਾਂ ਨੇ ਪੂਰਾ ਹੀ ਤੇਜ਼। ਸੋ ਓਪਨਲੀ ਚਾਹੇ ਕਈ ਜਿਹੜੀਆਂ ਸਟੇਟਸ ਜਾਂ ਸਿਟੀਜ਼ ਉਹ ਆਪਣੇ ਆਪ ਨੂੰ ਇਹ ਕਹਿ ਰਹੀਆਂ ਵੀ ਅਸੀਂ ਜੀ ਸੈਂਕਚਰੀ ਸਿਟੀ ਹਾਂ ਜਾਂ ਸੈਂਕਚਰੀ ਸਟੇਟ ਹੈਗੀਆਂ, ਪਰ ਇੰਟਰਨਲੀ ਕਈ ਜਿਹੜੇ ਲੋਕ ਹੈਗੇ ਆ ਜਿਹੜੇ ਉਹ ਕਹਿੰਦੇ ਬਿਲਕੁਲ ਆਈਸ ਨੂੰ ਕੋਪਰੇਟ ਕਰ ਰਹੇ ਹੈਗੇ ਆ। ਜੀ ਜੀ ਬਿਲਕੁਲ ਅੰਦਰ ਖਾਤੇ ਵੀ ਆ, ਪਰ ਬਹੁਤ ਸਾਰੀਆਂ ਹਰਜੋਤ ਸਿੰਘ ਜੀ ਕਈ ਵਾਰੀ ਜਿਹੜੇ ਸੈਂਚਰੀ ਸਟੇਟ ਦੇ ਲਾਜ ਦੇ ਕਰਕੇ ਪ੍ਰੋਬਲਮ ਵੀ ਆਉਂਦੀ, ਜਿੱਦਾਂ ਓਰੇਗਨ ਵਾਲੀ ਪਿਛਲੇ ਦੀ ਖਬਰ ਦੱਸਦੇ ਸੀਗੇ ਵੀ ਇੱਕ ਜਿਹੜਾ ਇਨਲੀਗਲ ਜਿਹੜਾ ਸੀਗਾ ਬੰਦਾ ਇੱਥੇ ਉਸਨੇ ਐਕਸੀਡੈਂਟ ਕੀਤਾ ਇੱਕ ਔਰਤ ਦੀ, ਜੋ ਉਸ ਦੇ ਵਿੱਚ ਮੌਤ ਹੋ ਗਈ। ਪੁਲਿਸ ਨੇ ਵਾਲਿਆਂ ਨੂੰ ਆਈਸ ਵਾਲਿਆਂ ਨੇ ਕਿਹਾ ਵੀ ਘੜੀ ਫੜ ਕੇ ਰੱਖੋ, ਅਸੀਂ ਇਸ ਨੂੰ ਜਿਹੜੇ ਡਿਟੈਂਸ਼ਨ ਸੈਂਟਰ 'ਚ ਲੈ ਜਾਂਦੇ, ਪਰ ਉਹਨਾਂ ਨੇ ਉਸ ਬੰਦੇ ਨੂੰ ਛੱਡ ਦਿੱਤਾ। ਬਾਅਦ ਦੇ ਵਿੱਚ ਉਹ ਮੈਕਸੀਕੋ ਨੂੰ ਵੀ ਜਿਹੜਾ ਭੱਜ ਗਿਆ। ਹੁਣ ਉਹ ਜਿਹੜੀ ਮਰੀ ਔਰਤ ਆ ਉਸ ਦੇ ਲਈ ਜਸਟਿਸ ਇਨਸਾਫ ਉਹਦੇ ਪਰਿਵਾਰ ਲਈ ਤਾਂ ਧੱਕਾ ਹੀ ਹਨ ਵੀ ਜਿਹੜੀ ਇਹ ਚੀਜ਼ ਜਿਹੜੀ ਹੋਈ ਹੈ ਉਹ ਵੱਖਰੀ ਗੱਲ, ਚਾਹੇ ਉਹਨਾਂ ਨੇ ਖੁਦ ਕਰਨਾ ਹੋਵੇ ਉਸਨੂੰ ਡਿਪੋਰਟ ਕਰਨਾ ਹੋਵੇ, ਪਰ ਸਜ਼ਾ ਜਿਹੜੀ ਭੁਗਤਾ ਕੇ ਜਿਹੜਾ ਉਸਨੂੰ ਜਿਹੜਾ ਫਿਰ ਉਹਨਾਂ ਨੇ ਕੱਢਣਾ ਸੀਗਾ, ਇਹ ਵੀ ਚੀਜ਼ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਦੇਖਣ ਜਿਹੜੀ ਜਦੋਂ ਇੱਦਾਂ ਦੀ ਕੋਈ ਘਟਨਾ ਹੁੰਦੀ ਆ ਫਿਰ ਲੋਕਾਂ ਦੀ ਜਿਹੜੀ ਭਾਵਨਾ ਖਾਸ ਕਰਕੇ ਇਮੀਗ੍ਰੈਂਟਸ ਦੇ ਖਿਲਾਫ਼ ਜਿਹੜੀ ਆ ਉਹ ਉਲਟ ਹੋ ਜਾਂਦੀ, ਜਿਹਦੇ ਵਿੱਚ ਲੀਗਲ ਇਮੀਗ੍ਰੈਂਟ ਨੂੰ ਵੀ ਜਿਹੜਾ ਉਸ ਸੇਕ ਦਾ ਜਿਹੜਾ ਆ ਕਰਨਾ ਪੈਂਦਾ ਵੀ ਸੇਕ ਉਹਨਾਂ ਨੂੰ ਇਸ ਚੀਜ਼ਾਂ ਦਾ ਲੱਗਦਾ ਆ। ਅਤੇ ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਹਰਜੋਤ ਸਿੰਘ ਜੀ ਦੱਸਿਆ ਸੀਗਾ ਵੀ ਜਿਹੜੇ ਇਮੀਗ੍ਰੈਂਟ ਹਾਰਡਲਾਈਨਰਸ ਆ ਉਹਨਾਂ ਦੀ ਜਿਹੜੇ ਕੀ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਅਮਰੀਕਾ ਦੇ ਵਿੱਚ ਉਹਨਾਂ ਦੇ ਉਹ ਟੋਪ ਲੈਵਲਸ ਦੇ ਉੱਤੇ ਹੌਲੀ ਹੌਲੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਲਾ ਰਹੇ ਆ। ਕੈਨ ਕਿਊਚਿਨੈਲੀ ਜਿਹੜੇ ਉਹਨਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਜਿਹੜਾ ਕਿ ਇੱਕ ਪਹਿਲੋਂ ਕਾਰਜਕਾਰੀ ਜਿਹੜਾ ਡਾਇਰੈਕਟਰ ਸੀਗਾ ਉਸਨੂੰ ਜਿਹੜੀ ਦੂਜੀ ਹੁਣ ਹਾਈਐਸਟ ਪੋਜੀਸ਼ਨ ਜਿਹੜੀ ਉਹ ਦਿੱਤੀ ਜਾ ਰਹੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਅਜੇ ਸੈਕਟਰੀ ਜਿਹੜੇ ਕੋਈ ਨਹੀਂ ਹੈਗੇ, ਕ੍ਰਿਸਟੋਜਨ ਨੀਲਸਨ ਤੋਂ ਬਾਅਦ ਦੇ ਵਿੱਚ ਕਿਸੇ ਨੂੰ ਉਹਨਾਂ ਨੇ ਨਿਯੁਕਤ ਨਹੀਂ ਕੀਤਾ ਅਤੇ ਉਹਦੇ ਅਪਰੂਵਲ ਜਿਹੜਾ ਉਹ ਹੋਇਆ ਨਹੀਂ ਆ। ਸੋ ਉਹਨਾਂ ਨੇ ਜਿਹੜਾ ਸੈਕਿੰਡ ਲੈਵਲ ਦੇ ਉੱਤੇ ਜਿਹੜਾ ਉਹ ਬੰਦਾ ਲਾ ਦਿੱਤਾ, ਕਿਉਂਕਿ ਜਦੋਂ ਉੱਤੇ ਉਹ ਮੇਨ ਦੇ ਉੱਤੇ ਨਹੀਂ ਹੈਗਾ ਤਾਂ ਫਿਰ ਉਹ ਦੂਜੇ ਨੇ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਕੰਮ ਜਿਹੜਾ ਉਹ ਸਾਂਭਣਾ ਹੁੰਦਾ ਆ। ਸੋ ਇਹਨਾਂ ਨੇ ਵਰਕ ਅਰਾਊਂਡ ਜਿਹੜੇ ਟਰੰਪ ਪ੍ਰਸ਼ਾਸਨ ਨੇ ਇਸ ਦਾ ਜਿਹੜਾ ਦੇਖਦੇ ਹੋਏ ਜਿਹੜੇ ਕੈਨ ਕਿਊਚਿਨੈਲੀ ਆ ਉਹਨਾਂ ਨੂੰ ਲਾ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਉਹਨਾਂ ਨੂੰ ਸੈਕਰੇਟਰੀ ਦੇ ਲਈ ਉਹ ਕਰਦੇ ਨੋਮੀਨੇਟ ਕਰਦੇ ਤਾਂ ਸ਼ਾਇਦ ਉਹਨਾਂ ਦੀ ਸੈਨੇਟ ਦੇ ਵਿੱਚ ਜਿਹੜੀ ਅਪਰੂਵਲ ਹੋਣੀ ਜਿਹੜੀ ਔਖੀ ਜਿਹੜੀ ਉਹ ਹੋ ਜਾਣੀ ਸੀਗੀ। ਸੋ ਇਹ ਕੈਨ ਕਿਊਚਿਨੈਲੀ ਉਹੀ ਆ ਜਿਨ੍ਹਾਂ ਨੇ ਜਿਹੜੇ ਕਹਿ ਲਓ ਵੀ ਮੇਨ ਸਾਰਿਆਂ ਦੇ ਨਾਲ ਮਿਲ ਕੇ ਜਿਹੜੇ ਪਬਲਿਕ ਚਾਰਜ ਵਾਲਿਆਂ ਨੂੰ ਲੈ ਕੇ ਅਤੇ ਹੋਰ USCIS ਦੇ ਵਿੱਚ ਜਿਹੜੀਆਂ ਸਖਤੀਆਂ ਆ ਉਹ ਲਿਆਉਂਦੀਆਂ ਸੀ, ਫੀਸਾਂ ਦੇ ਵਿੱਚ ਜਿਹੜੇ ਲਗਾਤਾਰ USCIS ਦੇ ਵਿੱਚ ਵਾਧੇ ਹੋਏ ਆ, ਇਹਨਾਂ ਦਾ ਉਸ ਦੇ ਵਿੱਚ ਕਾਫੀ ਵੱਡਾ ਹੱਥ ਸੀਗਾ ਜੀ। ਸੋ ਤੁਸੀਂ ਹੁਣ ਉਹ ਵੀ ਅਪਡੇਟ ਵੀ ਕਰਨੀ ਹੈਗੀ ਆ ਆਪਾਂ ਵੀਜ਼ਾ ਬੁਲੇਟਿਨ ਦੀ। ਜੀ ਬਿਲਕੁਲ, ਸੋ ਵੀਜ਼ਾ ਬੁਲੇਟਿਨ ਵੀ ਆਪਣੇ ਜਿਹੜੇ ਸਰੋਤਿਆਂ ਨੂੰ ਜ਼ਰੂਰ ਆਪਾਂ ਦੱਸਦੇ ਜਾਂਦੇ ਆ ਵੀ ਕਿਹੜੀ ਕਿਹੜੀਆਂ ਤਰੀਕਾਂ ਜਿਹੜੀਆਂ ਉਹ ਚੱਲ ਰਹੀਆਂ, ਪ੍ਰੋਸੈਸਿੰਗ ਟਾਈਮਸ ਵੀ ਜਿਹੜੇ ਉਹ ਦੱਸਦੇ ਆ। ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ ਜਿੱਦਾਂ ਪਿਛਲੇ 2 ਹਫ਼ਤਿਆਂ ਤੋਂ ਦੱਸਦੇ ਆ ਰਹੇ ਹਾਂ ਵੀ US ਸਿਟੀਜ਼ਨਸ਼ਿਪ ਦੀ ਜਿਹੜੀ ਫੀਸ ਆ ਉਹ ਇਨਕਰੀਜ਼ ਹੋ ਰਹੀ ਹੈ, ਡਬਲ ਹੋ ਰਹੀ ਹੈਗੀ ਆ ਆਲਮੋਸਟ। ਅਤੇ ਪਲੀਜ਼ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਜਲਦੀ ਤੋਂ ਜਲਦੀ ਅਪਲਾਈ ਕਰ ਦਿਓ, ਅਤੇ ਜਿਹੜੀ ਡੇਟ ਹੈਗੀ ਆ ਔਲਰੇਡੀ ਉਹ ਕਾਫੀ ਲੰਮੀ ਹੁੰਦੀ ਹੈਗੀ ਆ। ਬਿਲਕੁਲ, ਸੋ ਤਰੀਕਾ ਜਿਹੜਾ ਲੋਕ ਟਰਾਈ ਕਰ ਰਹੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਅਸੀਂ ਵੀ ਹੁਣ ਸਿਟੀਜ਼ਨ ਜਿਹੜੇ ਬਣੀਏ, ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਉਹ ਵੱਧਦੀਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਨੇ ਵੀ ਉਹ ਫੀਸਾਂ ਉਹਨਾਂ ਨੇ ਜਾਣਬੁੱਝ ਕੇ ਵਧਾਈਆਂ। USCIS ਦੇ ਜਿਨ੍ਹਾਂ ਦਾ ਮੈਂ ਨਾਂ ਦੱਸਿਆ ਹੀ ਆ ਕੈਨ ਕਿਊਚਿਨੈਲੀ, ਉਹ ਕਹਿੰਦੇ ਵੀ ਸਾਡਾ ਜਿਹੜਾ ਡਿਪਾਰਟਮੈਂਟ ਆ ਉਹ ਚੱਲਦਾ ਹੀ ਫੀਸਾਂ ਦੇ ਸਿਰ ਦੇ ਉੱਤੇ ਆ, ਇਸ ਲਈ ਅਸੀਂ ਫੀਸਾਂ ਨੂੰ ਜਿਹੜਾ ਉਹ ਵਾਧਾ ਕਰਨ ਜਾ ਰਹੇ ਹਾਂ ਜੀ। ਅਤੇ ਜਿਹੜੇ US ਦੇ ਅਟੋਰਨੀ ਜਨਰਲ ਵਿਲੀਅਮ ਵਾਰ ਆ ਅਤੇ ਉਹਨਾਂ ਦੇ ਨਾਲ ਦੀ ਨਾਲ ਐਕਟਿੰਗ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਹੈੱਡ ਹੈਗੇ ਆ ਚੈਡ ਵੋਲਫ,
ਉਹਨਾਂ ਨੇ ਜਿਹੜੀ ਆ ਲਿਬਰਲ ਸਟੇਟਸ ਹੈਗੀਆਂ ਜਿਸ ਤਰ੍ਹਾਂ ਕਈ ਵਾਸ਼ਿੰਗਟਨ ਆ, ਓਰੇਗਨ ਆ, ਉਹਨਾਂ ਦੇ ਸੁਪਰੀਮ ਕੋਰਟਸ ਉੱਥੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਜੇ ਤੁਸੀਂ ਆਈਸ ਵਾਲਿਆਂ ਨੂੰ ਉੱਥੇ ਐਂਟਰ ਹੋਣ ਤੋਂ ਨਾ ਕਰਦੇ ਹਾਂ ਤਾਂ ਅਸੀਂ ਤੁਹਾਡੇ ਉੱਤੇ ਐਕਸ਼ਨ ਲਵਾਂਗੇ। ਅਤੇ ਕਹਿੰਦੇ ਕਈ ਸਾਰੇ ਜਿਹੜੇ ਕ੍ਰਿਮੀਨਲਸ ਹੈਗੇ ਆ ਜਿਹਨਾਂ ਕੋਈ ਮਰਡਰ ਚਾਰਜ ਆ, ਕਿਸੇ 'ਤੇ ਚਾਇਲਡ ਸੈਕਸ ਓਫੈਂਸ ਹੈਗਾ ਆ, ਅਤੇ ਉਹ ਜਿਹੜੀ ਸਾਰੀ ਇਨਫੋਰਮੇਸ਼ਨ ਆਈਸ ਵਾਲਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ। ਜੀ, ਅਤੇ ਆਪਾਂ ਜਿਹੜਾ ਵੀਜ਼ਾ ਬੁਲੇਟਿਨ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜੀ, ਉੱਦਾਂ ਇਹਦੇ ਵਿੱਚ ਜੇ ਗੱਲ ਜੋੜਦੇ ਜਾਈਏ ਆਪਾਂ ਤਾਂ ਇਹ ਪਹਿਲਾਂ ਇਹ ਜਿੰਨੇ ਵੀ ਥਾਂ ਸੀਗੇ ਜਿੱਦਾਂ ਫੈਡਰਲ ਜਿਹੜੀਆਂ ਇਹ ਸੰਸਥਾਵਾਂ ਨੇ, ਹੋਸਪਿਟਲਸ ਹੋ ਗਏ, ਸਕੂਲ ਹੋ ਗਏ, ਟੈਂਪਲ ਜਿਹੜੀਆਂ ਚਰਚ ਪਲੇਸਿਸ, ਵਰਸ਼ਿਪ ਪਲੇਸਿਸ ਹੋਈਆਂ, ਇੱਥੇ ਕਹਿੰਦੇ ਸੀ ਵੀ ਆਈਸ ਵਾਲੇ ਨਹੀਂ ਆ ਸਕਦੇ, ਵੀ ਉਹਨਾਂ ਨੂੰ ਕਿਹਾ ਸੀਗਾ ਵੀ ਇਹਨਾਂ ਥਾਵਾਂ ਦੇ ਉੱਤੇ ਨਾ ਆਉਣ। ਹੁਣ ਦੇਖੋ ਜਿਹੜਾ ਡਾਇਰੈਕਟ ਹੀ ਅਟਾਰਨੀ ਜਨਰਲ ਆ, ਉਹ ਹੁਣ ਸਾਰੇ ਹੀ ਕੋਰਟ ਨੂੰ ਜਿਹੜਾ ਆਦੇਸ਼ ਜਿਹੜੇ ਦੇ ਰਹੇ ਆ ਵੀ ਭਾਈ ਆਈਸ ਵਾਲਿਆਂ ਦੇ ਨਾਲ ਮਿਲ ਕੇ ਜਿਹੜਾ ਉਹ ਤੁਸੀਂ ਹੁਣ ਕੰਮ ਕਰੋ, ਨਹੀਂ ਤਾਂ ਤੁਹਾਨੂੰ ਹੁਣ ਪਤਾ ਨਹੀਂ ਕੀ ਕਰ ਸਕਦੇ ਨੇ ਕੀ ਨਹੀਂ ਕਰ ਸਕਦੇ, ਇਹ ਤਾਂ ਉਹਨਾਂ ਦੇ ਅਖਤਿਆਰਾਂ ਦੇ ਉੱਤੇ ਹੈਗਾ ਆ, ਪਰ ਕਾਫੀ ਜਿਹੜਾ ਰੌਲਾ ਰੱਪਾ ਇਸ ਦੇ ਵਿੱਚ ਉਹ ਹੁਣ ਵੱਧ ਰਿਹਾ ਹੈਗਾ ਆ। ਵੀਜ਼ਾ ਬੁਲੇਟਿਨ ਹਰਜੋਤ ਸਿੰਘ ਜੀ ਦਸੰਬਰ 2019 ਦਾ ਜਿਹੜਾ ਹੋ ਆ ਚੁੱਕਾ ਆ, ਸੋ ਦੋ ਵੱਖ ਵੱਖ ਤਰੀਕਾਂ ਤੁਹਾਨੂੰ ਦੱਸਾਂਗੇ, ਇੱਕ ਜਿਹਨਾਂ ਦੀਆਂ ਜਿਹੜੀਆਂ ਇੰਟਰਵਿਊ ਦੀਆਂ ਤਰੀਕਾਂ ਆਈਆਂ ਹੋਈਆਂ ਉਹ, ਅਤੇ ਇੱਕ ਜਿਹਨਾਂ ਨੂੰ ਜਿਹੜਾ ਡਾਕੂਮੈਂਟ ਸਬਮਿਟ ਕਰਨ ਦੇ ਲਈ ਆਖਿਆ ਗਿਆ ਹੋਇਆ ਆ। ਸੋ ਜੇ ਪਹਿਲੀ ਕੈਟਾਗਰੀ F1 ਕੈਟਾਗਰੀ ਦੇ ਵਿੱਚ ਇੰਟਰਵਿਊ ਤਰੀਕਾਂ ਦੀ ਜੇ ਗੱਲ ਕਰਦੇ ਜਾਈਏ ਤਾਂ 15 ਮਈ 2013 ਜਿਹੜੀ ਆ F1 ਕੈਟਾਗਰੀ ਦੇ ਵਿੱਚ ਹੈਗਾ ਆ ਜਿਹੜੇ ਕੁਆਰੇ ਮੁੰਡੇ ਕੁੜੀਆਂ US ਸਿਟੀਜ਼ਨ ਦੇ, F2A ਕੈਟਾਗਰੀ ਪਰਮਾਨੈਂਟ ਰੈਜੀਡੈਂਟ ਦੇ ਸਪਾਊਸਿਸ, ਘਰ ਵਾਲਾ ਘਰ ਵਾਲੀ ਜਾਂ ਉਹਨਾਂ ਦੇ ਜਿਹੜੇ ਬੱਚੇ ਉਹਨਾਂ ਦੇ ਲਈ ਕਰੰਟ ਜਿਹੜੀ ਉਹ ਤਰੀਕਾਂ ਜਿਹੜੀਆਂ ਚੱਲ ਰਹੀਆਂ ਨੇ ਜੋ ਮੌਜੂਦਾ ਹੈਗਾ ਆ, ਅਤੇ F2B ਕੈਟਾਗਰੀ ਕੁਆਰੇ ਮੁੰਡੇ ਕੁੜੀਆਂ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਹੈਗੀ ਆ, ਪਰਮਾਨੈਂਟ ਰੈਜੀਡੈਂਟ ਵਾਲਿਆਂ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਆ, ਉਹਨਾਂ ਦੇ ਲਈ 8 ਅਗਸਤ 2014 ਆ। F3 ਕੈਟਾਗਰੀ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ 8 ਨਵੰਬਰ 2007 ਹੈ। F4 ਕੈਟਾਗਰੀ US ਸਿਟੀਜ਼ਨ ਦੇ ਭੈਣ ਭਰਾ, ਉਹਨਾਂ ਦੇ ਲਈ 1 ਨਵੰਬਰ 2004 ਆ, ਜਿਨ੍ਹਾਂ ਨੂੰ ਹੁਣ ਡਾਕੂਮੈਂਟ ਸਬਮਿਟ ਕਰਨ ਦੇ ਲਈ ਹਰਜੋਤ ਸਿੰਘ ਜੀ ਆਖਿਆ ਗਿਆ ਹੋਇਆ ਆ। ਉਹਨਾਂ ਦੇ ਵਿੱਚ ਜਿਹੜੀ F1 ਕੈਟਾਗਰੀ ਆ ਉਸ ਦੇ ਵਿੱਚ 15 ਨਵੰਬਰ 2013, F2A ਕੈਟਾਗਰੀ 1 ਅਕਤੂਬਰ 2019, F2B ਕੈਟਾਗਰੀ 8 ਫਰਵਰੀ 2015, F3 ਕੈਟਾਗਰੀ 15 ਮਈ 2008, ਅਤੇ F4 ਕੈਟਾਗਰੀ ਦੇ ਵਿੱਚ 1 ਜੁਲਾਈ 2005 ਦੀਆਂ ਤਰੀਕਾਂ ਜਿਹੜੀਆਂ ਆ ਉਸ ਦੇ ਵਿੱਚ ਚੱਲ ਰਹੀਆਂ ਨੇ। ਪ੍ਰੋਸੈਸਿੰਗ ਟਾਈਮਸ ਉੱਤੇ ਨਜ਼ਰ ਮਾਰਦੇ ਜਾਈਏ, I-130 ਜਿਨ੍ਹਾਂ ਨੇ ਪਟੀਸ਼ਨ ਫਾਰ ਏਲੀਅਨ ਰੈਲੇਟਿਵ ਜਿਹੜੀ ਕੀਤੀ ਹੋਈ ਆ, ਪਰਮਾਨੈਂਟ ਰੈਜੀਡੈਂਟ ਜਿਨ੍ਹਾਂ ਨੇ ਆਪਣੇ ਘਰ ਵਾਲਾ ਘਰ ਵਾਲੀ ਜਾਂ ਆਪਣੇ ਬੱਚੇ ਦੀ ਉਮਰ ਜਿਨ੍ਹਾਂ ਦੀ 21 ਸਾਲ ਤੋਂ ਘੱਟ ਆ ਉਹਨਾਂ ਦੇ ਲਈ ਅਪਲਾਈ ਕੀਤਾ, ਉਹਨਾਂ ਦੀ ਰਿਸਿਪਟ ਡੇਟ 14 ਜੂਨ 2018 ਚੱਲ ਰਹੀ ਹੈ, 14 ਤੋਂ 18 ਮਹੀਨੇ ਦਾ ਵੇਟ ਪੀਰੀਅਡ ਹੈ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਹੈ ਉਮਰ 21 ਸਾਲ ਤੋਂ ਵੱਧ ਆ, ਉਹਨਾਂ ਦੀ ਰਿਸਿਪਟ ਡੇਟ 12 ਸਪਤੰਬਰ 2014 ਹੈ, 49 ਤੋਂ 63 ਮਹੀਨੇ ਦਾ ਵੇਟ ਪੀਰੀਅਡ ਆ। ਅਤੇ ਪਰਮਾਨੈਂਟ ਰੈਜੀਡੈਂਟ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਉਮਰ 21 ਸਾਲ ਤੋਂ ਵੱਧ ਹੈ, 31 ਮਈ 2014 ਹੈ ਰਿਸਿਪਟ ਡੇਟ, 51 ਤੋਂ 67 ਮਹੀਨੇ ਦਾ ਵੇਟ ਪੀਰੀਅਡ ਹੈ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ 21 ਸਾਲ ਦੀ ਉਮਰ ਜਿਨ੍ਹਾਂ ਤੋਂ ਵੱਧ ਉਮਰ 21 ਤੋਂ ਵੱਧ ਆ ਉਹਨਾਂ ਦੇ ਲਈ ਅਪਲਾਈ ਕੀਤਾ ਆ, ਉਹਨਾਂ ਦੇ ਲਈ ਰਿਸਿਪਟ ਡੇਟ 4 ਮਈ 2010 ਹੈ, 90 ਤੋਂ 116 ਮਹੀਨੇ ਦਾ ਵੇਟ ਪੀਰੀਅਡ ਆ। US ਸਿਟੀਜ਼ਨ ਜਿਨ੍ਹਾਂ ਨੇ ਭੈਣ ਭਰਾ ਦੇ ਲਈ ਅਪਲਾਈ ਕੀਤਾ ਆ ਉਹਨਾਂ ਦੇ ਲਈ 15 ਫਰਵਰੀ 2009 ਰਿਸਿਪਟ ਡੇਟ ਚੱਲ ਰਹੀ ਆ, 101 ਮਹੀਨੇ ਤੋਂ 131 ਮਹੀਨੇ ਦਾ ਵੇਟ ਪੀਰੀਅਡ ਜਿਹੜਾ ਉਹ ਚੱਲ ਰਿਹਾ ਆ। ਤੁਸੀਂ ਪਤਾ ਨਹੀਂ ਧਿਆਨ ਦਿੰਦੇ ਆ, ਗੌਰ ਕਰਦੇ ਜਾਂ ਨਹੀਂ, ਪਰ ਇਹ ਜਿਹੜੇ ਵੇਟ ਪੀਰੀਅਡ ਆ ਲਗਾਤਾਰ ਟਾਈਮ ਰੇਂਜ ਆ ਉਹ ਵੱਧਦੀ ਜਾ ਰਹੀ ਆ, ਹਰ ਮਹੀਨੇ ਕੁਛ ਨਾ ਕੁਛ 1-2 ਮਹੀਨੇ ਦਾ ਵਿੱਚ ਜਿਹੜਾ ਆ ਇਜ਼ਾਫਾ ਆ ਵੇਟ ਪੀਰੀਅਡ ਦੇ ਵਿੱਚ ਉਹ ਹੁੰਦਾ ਜਾ ਰਿਹਾ ਆ। ਸੋ ਇਹ ਜਿੱਦਾਂ ਆਪਾਂ ਕਹਿ ਰਹੇ ਹਾਂ ਹਰਜੋਤ ਸਿੰਘ ਜੀ ਵੀ ਲੀਗਲ ਇਮੀਗ੍ਰੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਹੌਲਿਆਂ ਕਰਨਾ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਲੋ ਕਰਨਾ, ਉਹ ਹੀ ਇਹਨਾਂ ਦੇ ਕੋਲ ਇੱਕ ਜਿਹੜਾ ਉਹ ਚਾਰਾ ਜਿਹੜਾ ਉਹ ਹੈਗਾ ਆ ਵੀ ਸਾਰਾ ਕੁਛ ਜਿਹੜਾ ਪ੍ਰੋਸੈਸਿੰਗ ਆ ਉਸ ਦੀ ਜਿਹੜੀ ਉਹ ਸਲੋ ਕਰ ਦਿੱਤੀ ਜਾਵੇ। ਅਤੇ ਯੂ ਵੀਜ਼ੇ ਦੇ ਬਾਰੇ ਜੇ ਆਪਾਂ ਦੱਸਦੇ ਜਾਈਏ, ਉਹਨਾਂ ਦੇ ਪ੍ਰੋਸੈਸਿੰਗ ਟਾਈਮ ਨਬਰਾਸਕਾ ਸਰਵਿਸ ਸੈਂਟਰ ਦੇ ਵਿੱਚ 57 ਕੁ ਮਹੀਨੇ ਦਾ ਜਿਹੜਾ ਵੇਟ ਪੀਰੀਅਡ ਹੈਗਾ, ਇਸ ਮੌਕੇ 11 ਮਾਰਚ 2015 ਰਿਸਿਪਟ ਡੇਟ ਜਿਹੜੀ ਆ ਉਹਨਾਂ ਦੀ ਚੱਲ ਰਹੀ ਹੈਗੀ ਆ। ਸੋ ਹੁਣ ਆਪਾਂ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਟਰੱਕਿੰਗ ਦੇ ਨਾਲ ਰਿਲੇਟਡ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਨਵਾਂ ਲਾਅ ਆ ਰਿਹਾ AB5, ਉਹਦੇ 'ਚ ਕੀ ਐਗਜ਼ੈਂਪਸ਼ਨਸ ਆ, ਕਿੱਦਾਂ ਉਹ 'ਤੇ ਅਸਰ ਹੋਣਾ ਹੈ, ਉਹਦੇ ਨਾਲ ਸਾਡੇ ਨਾਲ ਰਮਨ ਸਿੰਘ ਢਿੱਲੋਂ ਵੀ ਜੁੜਨਗੇ ਫ੍ਰਿਜ਼ਨੋ ਤੋਂ, ਅਤੇ ਆਪਾਂ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ।
ਕੀ ਤੁਸੀਂ ਆਪਣੇ ਪਿਆਰੇ ਨੂੰ ਇੰਡੀਆ ਵਿੱਚ ਬੈਠੇ ਪੈਸੇ ਘੱਲਣੇ ਹਨ? ਤਾਂ ਅੱਜ ਹੀ ਵਰਤੋ ਵੀਆ ਮਨੀ ਟ੍ਰਾਂਸਫਰ, ਬਹੁਤ ਹੀ